ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਵੀ ਤੁਹਾਡੇ ਸਾਰਿਆਂ ਦੇ? ਅਤੇ ਬਹੁਤ ਦਿਨ ਹੋ ਗਿਆ ਕਿਉਂਕਿ ਬੱਚਿਆਂ ਦੇ ਬੋਰਡ ਦੇ ਪੇਪਰ ਚੱਲਣ ਡੇ, ਅਤੇ ਇਸ ਕਰਕੇ ਥੋੜ੍ਹਾ ਜਿਹਾ ਬ੍ਰੇਕ ਲੱਗਣ ਡੀ ਮਤਲਬ ਕਿ ਵੀਡੀਓਜ਼ ਦੇ ਵਿੱਚ ਵੀ। ਅਤੇ ਬਾਕੀ ਸਾਡੇ ਦੇਖੋ ਇੱਧਰ ਜਿਹੜੇ ਬਣ ਗਏ ਆ, ਤਿਆਰ ਹੋਣ ਡੇ ਆ, ਤੁਹਾਨੂੰ ਮੈਂ ਵਿਖਾਵਾਂ। ਆਹ ਵੇਖੋ ਸਾਡਾ ਕਿੰਨਾ ਹੀ ਰੌਣਕ ਮੇਲਾ ਲਾ ਕੇ ਬੈਠੇ ਆ ਇੱਥੇ। ਆਹ ਸਾਰੇ ਫਰੂਟਸ ਵਾਲੇ ਬੂਟੇ ਦੇ ਸਾਡੇ ਇੱਧਰ ਹੋ ਗਏ ਤਿਆਰ, ਜਿਹੜੇ ਬੀਜ ਸਾਡੇ ਉੱਗ ਆਏ ਆ। ਇੱਥੇ ਅਸੀਂ ਆ ਇੱਕ ਕੌਫੀ ਇੱਦਾਂ ਹੀ ਹੈਗਾ ਸੀ, ਚਾਹ ਪੱਤੀ ਦਾ ਡੱਬਾ ਸੀ, ਉਹਦੇ ਵਿੱਚ ਲਾਏ ਸੀ, ਅਤੇ ਇਹ ਅਸੀਂ ਟੀਂਡੇ ਲਾਏ ਸੀ, ਅਤੇ ਦੋ ਨਿਕਲੇ ਆ ਹਜੇ, ਬਾਕੀ ਨਹੀਂ ਨਿਕਲੇ, ਪੰਜ ਕੁ ਤਾਂ ਹੋਣੇ ਸੀ ਇਹ ਵੀ। ਅਤੇ ਬਾਕੀ ਖੀਰੇ, ਕੱਕੜੀ, ਗੋਭੀਆਂ ਗਾਭੀਆਂ, ਟਮਾਟਰ, ਫਿਰ ਪੰਪਕਿਨ, ਫਿਰ ਇਹ ਸਾਰੇ ਚੀਜ਼ਾਂ ਨਿਕਲੀਆਂ, ਉਹ ਟਮਾਟਰ ਵੀ ਨਿਕਲੇ, ਮਿਰਚਾਂ ਦੇ ਵੀ ਨਿਕਲਾਏ ਆ ਛੋਟੇ ਛੋਟੇ। ਅਤੇ ਇਸ ਕਰਕੇ ਹੁਣ ਇਹਨਾਂ ਦਾ ਟਰਾਂਸਪਲਾਂਟ ਦਾ ਟਾਈਮ ਆ ਗਿਆ ਬਸ ਹੁਣ ਇਹਨਾਂ ਦਾ, ਕਿਉਂਕਿ ਇਹਨਾਂ ਦੇ ਵੀ ਤਿੰਨ ਤਿੰਨ ਪੱਤੇ ਹੋ ਗਏ ਆ ਤਿਆਰ, ਤੀਸਰਾ ਨਿਕਲ ਡਿਆ ਵਾ, ਜਦੋਂ ਇਹਦੀ ਤੀਜੇ ਦੀ ਵੇਟ ਹੋ ਜਾਏਗਾ ਤਾਂ ਫਿਰ ਇਹ ਵੀ ਜਾਏਗਾ। ਬਾਕੀ ਸਾਡੀਆਂ ਮੂਲੀਆਂ ਸ਼ਲਗਮਾਂ ਦਾ ਵੇਖੋ, ਇਹ ਵੀ ਜਦੋਂ ਵੱਡੀਆਂ ਹੋਣਗੀਆਂ। ਇਹ ਸਾਰੇ ਜਿੰਨੇ ਫਰੂਟਸ ਵਾਲੇ ਆ ਨਾ, ਇਹ ਸਾਡੇ ਹੁਣ ਚੱਲੇ ਆ ਉਹ ਦੀਵਾਰ ਵਾਲੀ ਸਾਈਡ। ਆਹ ਵੇਖੋ ਇੱਧਰ ਪੁਦੀਨਾ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਇਹ ਵੇਖੋ ਇਹ ਕਿੱਡਾ ਵਧੀਆ ਨਿਕਲ ਆਇਆ ਵਾ, ਇਹਦੇ ਵੀ ਆ ਉਂਗਰਨ ਡੇ ਵੇਖੋ, ਆਹ ਨਵੇਂ ਪੱਤੇ ਨਿਕਲੇ ਆ, ਆਹ ਸਾਰੇ ਨਵੇਂ ਆ, ਕਿਉਂਕਿ ਕੁਰੁੰਬਲੀਆਂ ਦੀਆਂ ਮੈਂ ਤੋੜ ਲਈਆਂ ਸੀ ਸਾਰਿਆਂ ਦੀਆਂ, ਸਾਰੀਆਂ ਸਾਈਡਾਂ ਦੇ ਦੇਖੋ ਸਾਰੇ ਨਿਕਲ ਆਏ ਬਾਹਰ। ਅਤੇ ਆਹ ਸਾਡੇ ਹੈਗਾ ਕਾਗਜ਼ੀ ਨਿੰਬੂ, ਚੀਕੂ, ਚੈਰੀ ਅਤੇ ਅਮਰੂਦ, ਅਤੇ ਬਾਕੀ ਆ ਗਏ ਇਹ ਕਾਲਾ ਅਮਰੂਦ ਆ, ਹੈ ਨਾ, ਇਹ ਕਾਲਾ ਅਮਰੂਦ ਆ, ਦਿਖਾਵਾਂਗੇ ਜਦੋਂ ਲੱਗਣਗੇ ਅਮਰੂਦ ਇਹਨੂੰ। ਆਹ ਦੇਖੋ ਵੀ ਜਿਹੜਾ ਮੈਂ ਸ਼ਿਕੂ ਦੇ ਵਿੱਚ ਲਾਇਆ ਸੀ ਉਹਦੇ ਵੀ ਆ ਛੋਟੇ ਛੋਟੇ ਕੁਰੁੰਬਲੀਆਂ ਦੇਖੋ, ਇੱਦਾਂ ਦੀਆਂ ਵੀ ਨਿਕਲ ਆਈਆਂ ਵਾ। ਇਸ ਤਰੀਕੇ ਨਾਲ ਪੁਦੀਨਾ ਤਾਂ ਜਿੱਥੇ ਮਰਜ਼ੀ ਰੱਖ ਦਿਉ ਉੱਥੇ ਹੀ ਉੱਗ ਜਾਂਦਾ ਵਾ, ਅਤੇ ਇਹ ਦੋਵੇਂ ਥਾਵਾਂ 'ਤੇ ਕਾਮਯਾਬ ਹੋਇਆ ਪੁਦੀਨਾ। ਅੱਛਾ ਵੀ ਸਾਡੀਆਂ ਤਿੰਨ ਛੱਲੀਆਂ ਨਿਕਲੀਆਂ ਵਾ, ਛੱਲੀਆਂ ਦੇ ਤਿੰਨ ਬੂਟੇ, ਬਾਕੀ ਦੋ ਨਹੀਂ ਨਿਕਲੇ, ਪਤਾ ਨਹੀਂ ਹੁਣ ਇਹਨੇ ਕਿਉਂ ਨਹੀਂ ਨਿਕਲੇ। ਅਤੇ ਇੱਕ ਆ ਬੀਨਸ, ਇਹਦਾ ਵੀ ਇੱਕ ਜਿਹੜਾ ਬੂਟਾ ਹੀ ਆ ਉਹ ਜਿਹੜਾ ਕਿੰਨਾ ਵੱਡਾ ਨਿਕਲਿਆ, ਪੰਜ ਬੀਜੇ ਸੀ, ਤਿੰਨ ਇੱਕ ਹੀ ਨਿਕਲਿਆ ਇਹਦਾ ਵੀ, ਇਹਦੇ ਚਾਰ ਪੰਜ ਨਿਕਲਾਏ ਆ, ਅਤੇ ਪਰ ਅਸੀਂ ਇਹਦੇ ਨਾਲ ਇੱਕ ਕੜੀ ਪੱਤਾ ਲਾ ਦਿੱਤਾ ਵਾ, ਪਰ ਪੁੱਟ ਦੇਣਾ ਨਾ ਵਿੱਚੋਂ, ਕਿਤੇ ਹੋਰ ਲਵਾਂਗੇ ਇਹਨੂੰ ਕੱਲੇ ਨੂੰ। ਹਾਂ ਇਸ ਕਰਕੇ ਸਾਡੀਆਂ ਹਰੀਆਂ ਭਰੀਆਂ ਦੇਖੋ, ਪਾਲਕ ਕਿੱਡੀ ਕਿੱਡੀ ਵੱਡੀ ਹੋ ਗਈ ਜੇ। ਅਤੇ ਅੱਜ ਤਾਂ ਮੈਂ ਧਨੀਆ ਕੱਟਣਾ ਥੋੜ੍ਹਾ ਜਿਹਾ, ਕਿਉਂਕਿ ਇਹ ਵੀ ਬਹੁਤ ਵੱਡਾ ਵੱਡਾ ਹੋ ਗਿਆ ਵਾ, ਕੱਟਾਂਗੇ ਤਾਂ ਫਿਰ ਥੋੜ੍ਹੀ ਜਿਹੀ ਆ ਜਾਏਗੀ ਨਾ, ਮੇਥੀ ਵੀ ਐਡੀ ਵਧੀਆ ਹੋ ਗਈ। ਅੱਛਾ ਵੀ ਇਹ ਨਾ ਅਸੀਂ ਬੜੀ ਜ਼ਿਆਦਾ ਧੁੱਪ ਪੈਣ ਡਈ ਹੈ ਨਾ, ਉਹਦੇ ਕਰਕੇ ਹੁਣ ਇਸ ਸੈਟਿੰਗ ਕੀਤੀ ਆ ਸਾਰੀ, ਕਿ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਜਿਨ੍ਹਾਂ ਨੂੰ ਧੁੱਪ ਵੀ ਪਵੇ, ਥੋੜ੍ਹਾ ਸ਼ਾਮ ਵੀ ਆਵੇ, ਕਿਉਂਕਿ ਸਵੇਰ ਦੇ ਟਾਈਮ ਇੱਧਰ ਸ਼ਾਮ ਦੀ ਆ, ਅਤੇ ਸ਼ਾਮ ਨੂੰ ਇੱਥੇ ਧੁੱਪ ਆ ਜਾਂਦੀ ਆ ਇਹ ਵਾਲੀ ਦੀਵਾਰ ਨਾਲ, ਅਤੇ ਜਿਹੜੀ ਉੱਧਰਲੀਆਂ ਦੀਵਾਰਾਂ ਵਾ ਉੱਧਰ ਹੁਣ ਜਿੱਦਾਂ ਸ਼ਾਮ ਨੂੰ ਪੈ ਗਈ ਆ, ਸ਼ਾਮ ਹੋ ਗਈ ਆ, ਪਰ ਸਵੇਰੇ ਸਵੇਰੇ ਧੁੱਪ ਇੱਧਰ ਦੀ ਪੈਂਦੀ, ਇਸ ਕਰਕੇ ਨਾ ਸਾਰਿਆਂ ਨੂੰ ਆਸੇ ਪਾਸੇ ਟਿਕਾ ਦਿੱਤਾ ਵਾ, ਕਿ ਜਿੱਥੇ ਕੁਛ ਘੰਟੇ ਦੀ ਧੁੱਪ ਆਉਣ ਅਤੇ ਸਾਡੇ ਬੂਟੇ ਮੁਰਝਾਉਣ ਨਾ, ਕਿਉਂਕਿ ਮੁਰਝਾਉਣ ਲੱਗ ਪਏ ਆ ਧੁੱਪ ਪੈਣ ਲੱਗ ਪਈ ਨਾ ਜ਼ਿਆਦਾ। ਜ਼ਿਆਦਾ ਤਾਂ ਇਕੱਠਾ ਖੜਨ ਦੀ ਲੋੜ ਨਹੀਂ ਆ, ਜਿੰਨੀ ਜਿੰਨੀ ਲੋੜ ਹੈ ਉਨਾ ਹੀ ਖੜ ਕੇ ਅਤੇ ਬਸ ਇੱਦਾਂ ਚੱਲ ਜਾਣਾ ਵਾ। ਅਤੇ ਮੈਨੂੰ ਇਹ ਤਾਂ ਆ ਗਈ ਸੀ ਕਿ ਇਹ ਥੋੜ੍ਹਾ ਵੱਡਾ ਵੱਡਾ ਹੈਗਾ, ਇਹਦੇ 'ਚੋਂ ਸਾਈਜ਼ ਜਿਹੜੇ ਫੜਦੇ ਹਾਂ। ਫਰੈਸ਼ ਤਾਂ ਨਹੀਂ ਇਹਦਾ, ਮਜ਼ਾ ਹੀ ਲੱਗ ਗਿਆ। ਨਾਲੇ ਨਾ ਜ਼ਿਆਦਾ ਵਧੂਗਾ ਬਾਅਦ 'ਚ, ਮੈਨੂੰ ਤਾਂ ਇੰਨਾ ਕੁ ਚਾਹੀਦਾ ਵਾ ਅੱਜ ਸੋਗਾ, ਅਤੇ ਥੋੜ੍ਹੀਆਂ ਮੈਂ ਭੂਕਾ ਲੈਣੀਆਂ। ਆਹ ਨਾਲੇ ਇਹ ਪੈ ਜੂਗਾ ਤੜਕੇ 'ਚ, ਅਤੇ ਚਲੋ ਅੱਜ ਦਾ ਹੋ ਗਿਆ ਜੀ ਬਾਹਰ।
ਅੱਛਾ ਵੀ ਦੇਖੋ ਇੱਧਰ ਸਬਜ਼ੀਆਂ ਤਾਜ਼ੀਆਂ ਦਾ ਕਿੰਨਾ ਸੌਖ ਹੈਗਾ ਵਾ। ਚਲੋ ਆ ਗਈ ਮੈਡਮ, ਦੇਖ ਉੱਧਰ ਸਬਜ਼ੀਆਂ ਸੈਟਿੰਗ ਕੀਤੀ ਅੱਜ, ਫਾਟਕਾਂ ਨੇ ਲਾਤੀਆਂ, ਹੁਣ ਪਤਾ ਲੱਗ ਜਾਏਗਾ ਨਾ ਜਦੋਂ ਧਨੀਆ ਭੇਜੂਗੀ ਉਹ ਪਰਲੀ ਸਾਈਡ ਦਾ ਧਨੀਆ ਵਾ ਕੱਟਣ ਭੇਜਾਂ ਤੇ ਇੱਕ ਥੋਪ ਕੱਟ ਕੇ ਲਿਆਉਣੀਆਂ ਚੀਜ਼ਾਂ। ਬਾਕੀ ਬਈ ਦੇਖੋ ਇਹ ਜਿਹੜਾ ਹੁਣ ਵਾ ਸਬਜ਼ੀਆਂ ਦਾ ਵਾ ਤੇ ਇਹ ਤੇ ਅਸੀਂ ਇਸੇ ਕਰਕੇ ਸ਼ੁਰੂ ਕੀਤਾ ਸੀ ਕਿ ਬਈ ਇੱਕ ਤਾਂ ਘਰ ਦੀ ਸਬਜ਼ੀ ਬਣੀ ਔਰਗੈਨਿਕ, ਤੇ ਮੈਂ ਤੇ ਆਪਾਂ ਵੀਡੀਓ ਵੀ ਇਸ ਕਰਕੇ ਬਣਾ ਕੇ ਪਾਉਣ ਡੇ ਹਾਂ ਕਿ ਵੇਖੋ ਸਾਡੇ ਕਰਕੇ ਕੋਈ ਵੀ ਇੱਕ ਜਣਾ ਵੀ ਮੋਟੀਵੇਟ ਹੋ ਜਾਏ ਤੇ ਉਹ ਵੀ ਆਪਣੀਆਂ ਸਬਜ਼ੀਆਂ ਕੋਈ ਛੋਟਾ ਮੋਟਾ ਚੀਜ਼ਾਂ ਹੀ ਜ਼ਰੂਰ ਉਗਾਓ, ਭਾਵੇਂ ਛੱਤ 'ਤੇ ਉਗਾਓ, ਆਪਣੇ ਘਰ ਦੇ ਥੱਲੇ ਹੀ ਤੁਸੀਂ ਗੇਟ ਦੇ ਲਾਗੇ ਹੀ ਆਪਣਾ ਥੋੜ੍ਹੇ ਮੋਟੇ ਗਮਲੇ ਗੁਮਲੇ ਦੇ ਵਿੱਚ ਕੋਈ ਚੀਜ਼ ਲਾ ਦਿਉ। ਅਤੇ ਦੇਖੋ ਅਸੀਂ ਪਹਿਲੀ ਵਾਰੀ ਅਸੀਂ ਡਏ ਹਾਂ ਗਾਰਡਨਿੰਗ ਦਾ ਕਰਨਾ, ਮਤਲਬ ਕਿ ਅਸੀਂ ਸਬਜ਼ੀ ਕਦੀ ਨਹੀਂ ਮੈਂ ਨਹੀਂ ਉਗਾਈ ਕਦੀ, ਅਤੇ ਪਰ ਇਹ ਆ ਕਿ ਦੇਖੋ ਸਾਡੀਆਂ ਹਰ ਇੱਕ ਬੀਜ ਜਿਹੜਾ ਲਾਉਣ ਡੇ ਉਹ ਨਿਕਲ ਡਿਆ ਵਾ, ਕੋਈ 2-4 ਬੀਜ ਆ ਮੇਰੇ ਖਿਆਲ ਨਾਲ ਨਹੀਂ ਨਿਕਲੇ ਜਿਹੜੇ, ਬਾਕੀ ਜ਼ਿਆਦਾਤਰ ਨਿਕਲ ਡਏ ਆ। ਅਤੇ ਬਹੁਤ ਵਧੀਆ ਖੁਸ਼ੀ ਬੜੀ ਇੱਕ ਮਨ ਹੁੰਦੀ ਆ। ਅਤੇ ਬਾਕੀ ਨਾਲ ਜੁੜੇ ਰਹੋ ਅਤੇ ਲਾਈਕ ਕਰੋ ਜੇ ਤੁਹਾਨੂੰ ਚੰਗੀ ਲੱਗੀ ਸਾਡੀ ਵੀਡੀਓ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਲਾਈਕ ਜ਼ਰੂਰ ਦਬਾਇਆ ਕਰੋ ਤਾਂ ਹੀ ਕੁਛ ਮਿਲਦਾ ਆ। ਅਤੇ ਬਾਕੀ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਚੈਨਲ ਨੂੰ। ਅਤੇ ਚਲੋ ਜੀ, ਓਕੇ ਜੀ, ਬਾਏ।